ਹੁਣ ਕਿਵੇਂ ਕਰਾਂਗੇ ਆਪਾਂ, ਕੀ ਕਰਾਂਗੇ ਆਪਾਂ? ਉਹ ਪੰਜਾਬ ਜਿਹੜਾ ਪਹਿਲਾਂ ਫੌਜ ਦੇ ਜਰਨੈਲਾਂ ਵਾਸਤੇ ਜਾਣਿਆ ਜਾਂਦਾ ਸੀ, ਮੇਰੇ ਸਾਹਮਣੇ ਬਜ਼ੁਰਗ ਬੈਠੇ ਨੇ, ਮੇਰੇ ਤਾਤੇ ਦੀ ਉਮਰ ਦੇ ਮੇਰੇ ਸਾਹਮਣੇ ਬਜ਼ੁਰਗ ਬੈਠੇ ਨੇ, ਇਹਨਾਂ ਨੇ ਉਹ ਪੰਜਾਬ ਦੇਖਿਆ ਹੋਇਆ ਜਿਹੜਾ ਘਿਓ ਦੇ ਛੰਨੇ ਪੀ ਜਾਂਦਾ ਸੀ, ਜਿਹੜਾ ਮੂੰਗਲੇ ਫੇਰਦਾ ਸੀ, ਜਿਹੜਾ ਛਿੰਝਾਂ ਲੜਦਾ ਸੀ, ਜਿਹੜਾ ਖੇਤੀਆਂ 'ਚ ਫਸਟ ਆਉਂਦਾ ਸੀ, ਜਿਹੜਾ ਗਿੱਧੇ ਭੰਗੜੇ ਪਾਉਂਦਾ ਸੀ। ਬਦਕਿਸਮਤੀ ਨਾਲ ਅੱਜ ਇਹਨਾਂ ਬਜ਼ੁਰਗਾਂ ਨੂੰ ਕਿਹੜਾ ਪੰਜਾਬ ਦਿਖਾ ਰਿਹਾ ਸੀ, ਟੀਕਿਆਂ ਦਾ ਪੰਜਾਬ, ਸਰਿੰਜਾਂ ਦਾ ਪੰਜਾਬ, ਚਿੱਟੇ ਦਾ ਪੰਜਾਬ, ਕਾਲੇ ਦਾ ਪੰਜਾਬ, ਪੀਲੇ ਦਾ ਪੰਜਾਬ, ਬੇਰੁਜ਼ਗਾਰਾਂ ਦਾ ਪੰਜਾਬ, ਬੇਈਮਾਨਾਂ ਦਾ ਪੰਜਾਬ, ਲਹਿੰਦੀਆਂ ਚੁੰਨੀਆਂ ਦਾ ਪੰਜਾਬ ਅਤੇ ਢਹਿੰਦੀਆਂ ਪੱਗਾਂ ਦਾ ਪੰਜਾਬ ਆਦਿ ਦਿਖਾ ਰਹੇ ਨੇ। ਨੌਕਰੀ ਮੰਗਣ ਜਾਂਦੇ ਆ ਤਾਂ ਡਾਂਗਾ ਪੈਂਦੀਆਂ, ਹਰ ਰੋਜ਼ ਬੇਰੁਜ਼ਗਾਰ ਕੁੱਟੇ ਜਾਂਦੇ ਨੇ, ਤੇ ਉੱਤੋਂ ਸਾਡੇ ਹਾਕਮ ਸਾਨੂੰ ਕਹਿੰਦੇ ਪ੍ਰੋਗਰੈਸਿਵ ਪੰਜਾਬ ਹੈ, ਬਹੁਤ ਕਮਾਲ ਦਾ ਪੰਜਾਬ, ਕਿੱਥੇ ਪੰਜਾਬ? ਸੁਖਬੀਰ ਬਾਦਲ ਬੀਟੀਸੀ ਤੇ ਬੋਲੀ ਜਾਂਦਾ, ਪੱਟੀਆਂ ਪੱਟੀਆਂ ਸੜਕਾਂ ਬਣੀ ਜਾਂਦੀਆਂ, ਮੈਂ ਕਿਹਾ ਲੁੱਕ ਖਾਣ ਲੱਗ ਜਾਈਏ। ਉਹ ਰੋਟੀ ਦਾ ਪੰਗਾ, ਤੂੰ ਸੜਕਾਂ ਗਈ ਜਾਂਦਾ, ਰੋਟੀ ਨਹੀਂ ਮਿਲ ਰਹੀ, ਸੜਕਾਂ ਕਿੱਥੇ ਬਣੀਆਂ? ਟੋਲ ਟੈਕਸ ਲਾਤੇ ਸਾਰੇ, ਪ੍ਰਾਈਵੇਟ ਕੰਪਨੀਆਂ ਨੂੰ ਸੜਕਾਂ ਵੇਚਤੀਆਂ ਸਾਰੀਆਂ, ਫੜੀ ਜਾਓ ਪੈਸੇ, ਜਾਂਦਿਆਂ ਤੋਂ 70 ਆਉਂਦਿਆਂ ਤੋਂ 80 ਫੜੀ ਜਾਓ। ਇਹ ਸੜਕਾਂ, ਇਹ ਵਿਕਾਸ ਹੈ, ਪੱਤਰਕਾਰ ਵੀ ਬੈਠੇ ਨੇ ਲਿਖ ਲਿਓ। ਇਹਨਾਂ ਨੇ ਹੁਣ ਵੈਨਾਂ ਭੇਜੀਆਂ ਪਿੰਡਾਂ 'ਚ, ਪੰਜਾਬ ਸਰਕਾਰ ਨੇ ਵੈਨਾਂ ਭੇਜੀਆਂ, 4 ਸਾਹਿਬਜ਼ਾਦੇ ਫਿਲਮ, ਧਾਰਮਿਕ ਫਿਲਮ ਚੱਲਦੀ ਹੈ, ਉਹਦੇ ਕਰਕੇ ਲੋਕ ਇਕੱਠੇ ਹੋ ਜਾਂਦੇ ਹੈ, 10 ਮਿੰਟਾਂ ਬਾਅਦ ਫਿਲਮ ਰੁਕ ਜਾਂਦੀ ਹੈ, ਬਾਦਲ ਸਾਹਿਬ ਆ ਜਾਂਦੇ ਆ, ਫਿਰ ਉਹ ਦੱਸਦੇ ਵੀ ਐਂ ਹੋ ਗਿਆ, ਐਂ ਹੋ ਗਿਆ, ਆਹ ਕਰਤਾ, ਆਹ ਕਰਤਾ। ਮੇਰੇ ਵੀਰੋ, ਇਹ ਕਿਹੋ ਜਿਹਾ ਵਿਕਾਸ ਹੈ ਜਿਹੜਾ 9.5 ਸਾਲ ਬਾਅਦ ਵੀ ਫਿਲਮਾਂ ਰਾਹੀਂ ਦਿਖਾਉਣਾ ਪੈ ਰਿਹਾ, ਨਜ਼ਰ ਕਿਉਂ ਨਹੀਂ ਹੋਣ ਲੱਗਿਆ ਫਿਰ ਧਰਤੀ ਤੇ? ਜੇ ਨੌਕਰੀਆਂ ਮਿਲੀਆਂ ਹੁੰਦੀਆਂ ਨਜ਼ਰ ਆ ਜਾਂਦੀਆਂ, ਜੇ ਸਕੂਲ ਬਣੇ ਹੁੰਦੇ ਨਜ਼ਰ ਆ ਜਾਂਦੇ, ਜੇ ਸੜਕਾਂ ਬਣੀਆਂ ਹੁੰਦੀਆਂ ਨਜ਼ਰ ਆ ਜਾਂਦੇ, ਫਿਲਮਾਂ ਰਾਹੀਂ ਦਿਖਾਉਣ ਦੀ ਲੋੜ ਨਹੀਂ ਪੈਣੀ ਸੀ। ਐਡੇ ਝੂਠੇ ਨੇ ਦੋਨੇ ਪਿਓ ਪੁੱਤ, ਘਰੋਂ ਸਲਾਹ ਕਰਕੇ ਨਹੀਂ ਤੁਰਦੇ ਵੀ ਅੱਜ ਕਿਹੜਾ ਗੱਪ ਮਾਰਨਾ। ਕੁਛ ਹੋਰ ਕਹਿਣ ਦਾ ਪਿਓ, ਕੁਛ ਹੋਰ ਕਹਿਣ ਦਾ। ਉਸੇ ਸਟੇਟ ਤੋਂ ਪ੍ਰਕਾਸ਼ ਸਿੰਘ ਬਾਦਲ ਕਹਿੰਦਾ, ਰਾਜ ਨਹੀਂ ਸੇਵਾ। 15 ਮਿੰਟਾਂ ਬਾਅਦ ਉਸੇ ਸਟੇਟ ਤੋਂ ਉਹਦਾ ਮੁੰਡਾ ਕਹਿੰਦਾ, ਰਾਜ ਕਰਾਂਗੇ 25 ਸਾਲ। ਘਰੇ ਤਾਂ ਸਲਾਹ ਕਰ ਲਿਆ ਕਰੋ ਕਿ ਅੱਜ ਕੀ ਝੂਠ ਬੋਲਣਾ। ਇੱਕ ਕਹਿੰਦਾ ਰਾਜ ਨਹੀਂ ਸੇਵਾ, ਤੂੰ ਜਗਨ ਰਾਜ ਕਰਾਂਗੇ। ਸੋ ਵੀਰੋ, ਕੋਈ ਝੰਡਾ ਨਹੀਂ। ਬਾਕੀ ਕਾਂਗਰਸ ਤਾਂ ਉਹਨਾਂ ਦੀ ਗੱਲ ਨਾ ਹੀ ਕਰੀ, ਤਾਂ ਵਿਚਾਰੇ ਚਲੋ ਖੱਡੋ ਹੋਰ ਕਾਂਗਰਸ ਦੀ ਗੱਲ ਕੀ ਕਰਦਾ। ਕਾਂਗਰਸ ਦੀ ਹਾਲਤ ਤਾਂ ਉਸ 80 ਸਾਲ ਦੇ ਬੁੜੇ ਵਰਗੀ ਹੋ ਗਈ ਜਿਹਨੂੰ ਡਾਕਟਰ ਜਵਾਬ ਦੇ ਦਿੰਦੇ ਨੇ, ਭਾਈ ਘਰੇ ਲਿਜਾ ਕੇ ਸੇਵਾ ਕਰ ਲਵੇ ਜੀ ਕੁਛ। ਕਾਂਗਰਸ ਨੂੰ ਮੰਜੇ ਤੇ ਪਾਈ ਪਏ ਨੇ, ਕਦੇ ਭੱਠਲ ਚੱਲ ਜਾਂਦੀ ਹੈ ਦੋ ਪੱਖੀਆਂ, ਕਦੇ ਚਮਚੇ ਨਾਲ ਬਾਜਵਾ ਪਾਣੀ ਪਿਆ ਜਾਂਦਾ ਹੈ, ਕਦੇ ਕੈਪਟਨ ਅਮਰਿੰਦਰ ਥੋੜ੍ਹਾ ਜਿਹਾ ਮੂੰਹ ਜਾ ਐਂ ਸਾਫ ਕਰ ਜਾਂਦਾ ਵੀ ਭਾਈ ਮੇਰੇ ਨਾਂ ਨਾ ਲੱਗ ਜੇ ਕਿਤੇ। ਉਹ ਹਾਲਤ ਹੈ, ਉਹ ਤਾਂ ਗਏ, ਉਹ ਤਾਂ ਨੇੜੇ ਤੇੜੇ ਵੀ ਹੈ। ਤੁਸੀਂ ਦੱਸੋ ਝੂਠ ਹੈ? ਝੂਠ ਹੈ? ਸੋ ਵੀਰੋ, ਇਹਨਾਂ ਨੇ ਹੁਣ ਤੱਕ ਸਾਨੂੰ ਲੁੱਟਿਆ, ਸਾਨੂੰ ਕੁੱਟਿਆ, ਹੋਰ ਕੁਛ ਨਹੀਂ ਕੀਤਾ।
अंग्रेज सानू 200 साल कट्ठे गुलामी दे गए, साढ़े वाले काले अंग्रेज सानू 5-5 साल दी किश्तां च गुलामी दिंदे ऐ, हैगी गुलामी है, असी हजे आजाद होए। 15 अगस्त 1947 साढ़े लई एक नंबर का सवाल है, चौथी पांचवी च पढ़ाउण लग जांदे आ, भारत कदों याद होया? बच्चा लिखता है 15 अगस्त 1947, कहिंदे वैरी गुड, एक नंबर। आजादी नहीं आई साढ़े कोल, आ गई आजादी, चली हुई है दिल्ली तो 70 साल हो गए। उसे आजादी नूं थोड़े घरां दे कुंडे खड़काउण वास्ते आम आदमी पार्टी लड़ रही है आजादी अपने कोल। वीरो ये कोई अरविंद केजरीवाल की लड़ाई नहीं, ये कोई भगवंत मान की लड़ाई नहीं, अपनी सारे की लड़ाई है। लड़ो, उठो, खड़े हो। होर कोई मैं कोई मशहूर होना है जी? इतों पहले मैं घट मशहूर सी जी, MP बन के मैं बड़ा हो गया या छोटा हो गया? MP कल्ले संगरूर दा, भगवंत मान सारी दुनिया का यार। कोई टैलीविजन से आने वास्ते आया, पहले नवेड़ी बैठे सारे काम, सिर्फ एक ही दिल चीज है अज भी है भगवंत मान ना, हासे भी उदो ही चंगे लगते हैं जो चुल्हिया चक मचती हो। साढ़े चुल्हे चो अग बुझ गई तो साढ़े सिव्या की अग, हर रोज लाटा तह चिट्टे ने मारते, कैंसर ने मारते, महंगाई ने मारते, गरीबी ने मारते, बेरोजगारी ने मार, दुनिया से सब तो बड़ा भार मनिया गया प्यो दे मोढ़े ते पुत दी अर्थी, सब तो बड़ा भार मनिया गया। और पता ही नहीं किन्ने बदनसीब बाप अज भी ये भार चल के आए होने, बैठे होने अज भी 70 पछाई आउंदे होने लोग अफसोस कर, इन्हां नूं कोई फिक्र नहीं यार। आपां मरदे हाँ, जदों मरदे हाँ आपां मरदे हाँ, कट्ठे हो, खड़े हो, नहीं तो पाई जाओ फिर वोटा इन्हों। इतों पहले आप कर लिया फिर इन्होंने वोटा पा के? आपदे वर्गे बंदे चुनो जिहड़े थोनू जानते हो, जिहड़े थोड़े दुख दर्द पछाणते हो। मैं भी जिमीदारां दा मुंडा, मैनू पता है मां रुक लाउंदी होवे, भैण ते भरा मूहरों मशीन गेड़दे हो, कड़प दे टांडे कुटने हो, फिर पता लगता है गरीबी की होंदी है। सुखबीर बादल जी हैलीकॉप्टर चो गरीबी दिखदी नहीं, ये हैलीकॉप्टर चो साडियां गरीबियां देखदे हैं। सो वीरो फैसला तुसी करना है, अज तां थोड़े कोले होका देना है चौकीदार वांगू जागदे रहो दा, पर कल्ले चौकीदार दे जागदे रहो दे होके ते ना रहो, हरेक घर चो इक अद्धे जीनू जागना भी पऊगा। चौकीदारों के भुलेखे चोरों नूं ड्यूटियां लवा बैठे, उन्होंने कोई घर भी नहीं छड्डिया लुट्टण करिए, सारे ही लुट ले, कट्ठे हो जाओ बस। मैं तां कहना आया थोड़ा, मैं कोई बहुता सियाणा बंदा नहीं, मैं थोड़े वर्गे ही हाँ, मैं तां मित्तर मट दा मुंडा, मेरा बापू मास्टर, चलो जिन्ने सवास परमात्मा ने दिते सी पूरे करके चलिया गया, मैं भी पैसे कमा लैंदा, मैं भी करोड़ों रुपया कमा लैंदा फिल्मों चो, टैलीविजन चो, बाहरले मुल्कां च शो करके, मैं कहना कोई फेल कलाकार सी जो उधर फेल हो गया हुण इधर आ गया। पर मैं उही गल कहना, मेरे वर्गे कमले नूं किसी ने कहा, कहिंदा जिन्ना समां तू इधर लाया अपने कम करती ला लैंदा, हुण तक तू मेरा मित्रा पैसे बहुत कमा लैंदा, पैसे नाल पोजिशन बनती, कोई कारोबार चला लैंदा, धनिया की सूची विच तू भी अपना नाम लिखवा लैंदा। अग्गों जवाब आया, कहिंदा गल तां तेरी ठीक है मित्रा, मैं पैसे बहुत कमा लैंदा, धनिया की सूची विच मैं भी अपना नाम लिखवा लैंदा, पर रुखां नाल छावां मिटदियां इह समां सब नूं ढा लैंदा, किन्ने धनी हो तुर के कौन किसे दा नाम लैंदा, कौन लिखदा फिर सच्ची गुरबाणी जे नानक हट्टी पा लैंदा। जे गुरु नानक देव जी दुकान खोल के बह जाते फिर बाबर नाल मत्था कौन लाउंदा,
ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ? ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ ਚੋਂ ਫਰਕ ਕੌਣ ਕੱਢਦਾ? ਕਿਹੜੀ ਹੱਕ ਦੀ ਹੈ, ਕਿਹੜੀ ਹਰਾਮ ਦੀ ਹੈ? ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ। ਲੋਕਾਂ ਦੇ ਹੱਕ 'ਚ ਖੜਨਾ ਵੀ ਆਪਣੀ ਆਪਣੇ ਸਵਾਦ ਹੁੰਦਾ। ਸੋ ਵੀਰੋ, ਤੁਹਾਡੇ ਨਾਲ ਖੜਾਂਗੇ, ਤੁਹਾਡੇ ਹੱਕ 'ਚ ਖੜਾਂਗੇ। ਹੁਣ ਬਦਨਾਮ ਕਰੀ ਜਾਂਦੇ ਸਾਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ, ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ। ਰੋਜ਼ ਕੋਈ ਨਾ ਕੋਈ ਨਵਾਂ ਪਰਚਾ ਪਾਉਂਦੇ ਆ, ਰੋਜ਼ ਪਾ ਲਓ, ਰੋਜ਼ ਪਰਚਾ ਪਾਉਂਦੇ। ਪੀ ਟੀ ਸੀ ਵਾਲੇ ਤੜਕੀ ਮੈਨੂੰ ਪਿਆਰ ਦੇਣਾ ਸ਼ੁਰੂ ਕਰ ਦਿੰਦੇ। ਭਗਵੰਤ ਮਾਨ ਸਵੇਰੇ ਜਦੋਂ ਮੰਜੇ 'ਚ ਉੱਠਦਾ ਹੈ ਤਾਂ ਉੱਠਣ ਸਾਰ ਉਹ ਖੱਬੇ ਪੈਰ 'ਚ ਚੱਪਲ ਕਿਉਂ ਪਾਉਂਦਾ ਹੈ? ਪਹਿਲਾਂ ਸੱਜੇ 'ਚ ਕਿਉਂ ਨਹੀਂ ਪਾਉਂਦਾ ਹੈ? ਉਹੀ ਪੀ ਟੀ ਸੀ ਹੈ ਪ੍ਰੋਫੈਸਰ ਸਾਹਿਬ, ਇਹ ਉਹੀ ਪੀ ਟੀ ਸੀ ਹੈ ਜਿਹੜਾ 3 ਸਾਲ ਪਹਿਲਾਂ ਜਦੋਂ ਮੈਂ ਕਲਾਕਾਰ ਸੀ ਕਹਿੰਦਾ ਹੁੰਦਾ ਸੀ ਪੰਜਾਬੀਆਂ ਦੀ ਸ਼ਾਨ, ਪੰਜਾਬ ਦੇ ਦਿਲਾਂ ਦੀ ਜਾਨ ਭਗਵੰਤ ਮਾਨ। ਅੱਜ ਕਹਿੰਦੇ ਇਹ ਤੋਂ ਘਟੀਆ ਬੰਦਾ ਹੀ ਨਹੀਂ। ਜਾਂ ਪਹਿਲਾਂ ਝੂਠ ਬੋਲਦੇ ਸੀ ਜਾਂ ਹੁਣ ਝੂਠ ਬੋਲਦੇ। ਤੁਸੀਂ ਦੱਸੋ ਕਦੋਂ ਝੂਠ ਬੋਲਦੇ? ਕਿਉਂਕਿ ਪਹਿਲਾਂ ਇਹਨਾਂ ਦੀਆਂ ਕੁਰਸੀਆਂ ਨੂੰ ਨਹੀਂ ਪਏ ਸੀ ਆਪਾਂ, ਹੁਣ ਇਹਨਾਂ ਦੀਆਂ ਕੁਰਸੀਆਂ ਕਹਿੰਦੇ ਸਿੱਧੇ ਨਹੀਂ ਕਰ ਰੱਖੇ। ਸੋ ਵੀਰੋ, ਇਹਨਾਂ ਕੋਲ ਪੀ ਟੀ ਸੀ ਹੈ, ਇਹਨਾਂ ਕੋਲ ਮੀਡੀਆ ਆਪਦਾ, ਕਰ ਲਓ ਬਦਨਾਮ ਸਾਨੂੰ, ਜਿੰਨਾ ਮਰਜ਼ੀ ਸਾਨੂੰ ਬਦਨਾਮ ਕਰ ਲੈ, ਮਾਰ ਝੂਠ ਦੀਆਂ ਮਾਰਾਂ ਓਏ ਸੁਖਬੀਰ ਸਿੰਘ। ਜਿੰਨਾ ਮਰਜ਼ੀ ਸਾਨੂੰ ਬਦਨਾਮ ਕਰ ਲੈ, ਮਾਰ ਝੂਠ ਦੀਆਂ ਮਾਰਾਂ ਓਏ ਸੁਖਬੀਰ ਸਿੰਘ। ਜੜੋਂ ਪੱਟ ਦਿਆਂਗੇ ਅੱਜ ਤੈਨੂੰ ਦੱਸੀਏ, ਪੀ ਟੀ ਸੀ ਦੀਆਂ ਤਾਰਾਂ ਓਏ ਸੁਖਬੀਰ ਸਿੰਘ। ਆਪਣੇ ਆਪ ਲੋਕ ਜਦੋਂ ਹੋਣ ਇਕੱਠੇ, ਪਲਟ ਦੇਣ ਸਰਕਾਰਾਂ ਓਏ ਸੁਖਬੀਰ ਸਿੰਘ। ਝੂਠੇ ਪਰਚੇ ਜਿੰਨੇ ਤੇਥੋਂ ਪੈਂਦੇ, ਹਰ ਜ਼ੁਲਮ ਲਈ ਤਿਆਰ ਆਵੇ ਸੁਖਬੀਰ ਸਿੰਘ। ਪਰ ਸੌ ਗੁਰੂ ਦੀ ਹਰੇਕ ਜ਼ੁਲਮ ਦਾ ਸਹਾਰਾ।